ਜਾਣਾ ਏ ਜਹਾਨ ਸੱਜਣਾ, ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ, ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ, ਕਿਸੇ ਗੈਰ ਤੇ ਕਰੀਏ ਕੀ ਮਾਨ ਸੱਜਣਾ, ਕਦੇ ਸਾਡਾ ਵੀ ਤਾਂ ਬਣ ਮਹਿਮਾਨ ਸੱਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ। ਬਹੁਤ ਸੋਹਣਾ ਬੇਟੇ, ਬਹੁਤ ਵਧੀਆ। ਹਾਂਜੀ, ਕੀ ਚਾਹੁੰਦੇ ਹੋ ਤੁਸੀਂ ਫਿਰ, ਤੁਹਾਨੂੰ ਟਿਕਟ ਦਈਏ ਜਾਂ ਕਿਵੇਂ? ਬਾਰ ਬਾਰ ਕਿੱਦਾਂ ਲੱਗਾ ਜੀ ਗਾਣਾ, ਟੋਨ ਵਾਈਜ਼ ਚੰਗਾ ਲੱਗਾ, ਗਾਣਾ ਇਹਦੇ ਵਾਈਜ਼ ਅੱਛਾ ਲੱਗਾ, ਸੁਰ ਗਿਰ ਗਿਆ, ਟੋਨ ਖਰਾਬ ਹੋ ਗਈ, ਸੁਰ ਠੀਕ ਨਹੀਂ ਆਇਆ, ਤੂੰ ਫੋਕ ਨਹੀਂ ਚੰਗਾ ਗਾਇਆ, ਤੂੰ ਸੂਫੀ ਨਹੀਂ ਚੰਗਾ ਗਾਇਆ, ਤੂੰ ਲਾਈਟ ਮਿਊਜ਼ਿਕ ਨਹੀਂ ਚੰਗਾ ਗਾਇਆ, ਹੁਣ ਕੀ ਕਰੀਏ? ਸਭ ਤੁਹਾਡੀ ਗੱਲ ਹੈ ਜੱਜ ਲਈ ਔਖਾ ਕੀ, ਇੱਕ ਇੱਕ ਚੀਜ਼ ਸੁਣਨੀ, ਪਰਖਣੀ, ਸਭ ਨੂੰ ਦੱਸਣੀ ਕਿ ਕੀ ਗੱਲਬਾਤ ਹੈ, ਇੱਕ ਇੱਕ ਚੀਜ਼ ਸੈਟਿਸਫੈਕਸ਼ਨ ਕਰਾਉਣੀ। ਔਰ ਜੇ ਜਿਹੜਾ ਵੀ ਕੰਟੈਸਟੈਂਟ ਆਉਂਦਾ ਬੜੇ ਪਿਆਰ ਨਾਲ ਆਉਂਦਾ, ਸਤਿਕਾਰ ਨਾਲ ਆਉਂਦਾ ਕਿ ਹਾਂ ਜੀ ਇੱਦਾਂ ਦੀ ਗੱਲਬਾਤ ਹੈ, ਸ਼ਾਇਦ ਮੈਨੂੰ ਵਧੀਆ ਮੌਕਾ ਮਿਲਿਆ, ਵਧੀਆ ਪਲੇਟਫਾਰਮ 'ਤੇ ਕਿਸ ਦਾ ਮਿਲਿਆ ਤਾਂ ਅੱਛਾ ਕੰਮ ਕਰਾਂਗੇ, ਲੇਕਿਨ ਬਹੁਤ ਮੁਸ਼ਕਿਲ ਹੈ ਜੱਜ ਬਣਨਾ, ਕੋਸ਼ਿਸ਼ ਕਰਾਂਗੇ ਵਾਇਸ ਆਫ ਪੰਜਾਬ 'ਚ ਬਹੁਤ ਐਗਜੈਕਟਲੀ ਬਹੁਤ ਵਧੀਆ ਜੱਜਮੈਂਟ ਕਰ ਸਕੀਏ, ਐਗਜੈਕਟਲੀ ਅੱਛੀ ਜੱਜਮੈਂਟ। ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ ਕਿ ਜਦੋਂ ਮਨਾ ਕਰਨਾ ਹੁੰਦਾ ਉਦੋਂ ਕਿੰਨਾ ਕੁ ਦਿਲ 'ਤੇ ਭਾਰ ਪੈਂਦਾ ਜਦੋਂ ਮਨਾ ਕਰਦੇ ਸਾਰੇ ਨੂੰ? ਬਹੁਤ ਭਾਰ ਪੈਂਦਾ, ਭਾਰ ਇਸ ਕਰਕੇ ਪੈਂਦਾ ਕਿ ਦੇਖੋ ਸਾਰੇ ਬੱਚੇ ਤਿਆਰੀ ਕਰਕੇ ਆਏ ਹੁੰਦੇ ਆ, ਤਿਆਰੀ ਕਰਨ ਤੋਂ ਬਾਅਦ ਉਹਨਾਂ ਨੂੰ ਮਨਾ ਕਰਨਾ, ਉਹਨਾਂ ਨੂੰ ਸਮਝਾਉਣਾ ਕਿ ਤੁਹਾਡਾ, ਕਿਉਂਕਿ ਇੱਕਦਮ ਨਾ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਆਹ ਚੀਜ਼ ਗਲਤ ਹੋ ਗਈ, ਗੜਬੜ ਹੋ ਗਈ, ਲੇਕਿਨ ਉਹ ਪਰਟੀਕੁਲਰ ਪੁਆਇੰਟ ਸਮਝਾਉਣਾ, ਅਤੇ ਬੱਚਿਆਂ ਨੂੰ ਕਈ ਨਹੀਂ ਸਮਝ ਆਉਂਦਾ ਤਾਂ ਉਹਨੂੰ ਕੁਛ ਕਰ ਨਹੀਂ ਸਕਦੇ, ਕੰਪਟੀਸ਼ਨ ਹੈ, ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਕਹਿਣਾ ਪੈਣਾ, ਜਿਹੜੀ ਚੀਜ਼ ਸਹੀ ਹੈ ਰਾਈਟ ਹੈ ਉਹਨੂੰ ਰਾਈਟ ਕਹਿਣਾ। ਔਰ ਅੱਜ ਦੇ ਐਪੀਸੋਡ ਦੇ ਵਿੱਚ ਬੈਸਟ ਚੀਜ਼ ਕਿਹੜੀ ਲੱਗੀ ਤੁਹਾਨੂੰ? ਬੈਸਟ ਚੀਜ਼ ਆਹ ਲੱਗੀ ਕਿ ਹੁਣ ਪਿਛਲੇ ਜਿੰਨੇ ਵੀ ਮਤਲਬ ਵੋਇਸ ਆਫ ਪੰਜਾਬ ਹੁੰਦੇ ਰਹੇ, ਕੁਝ ਬੱਚੇ ਬਹੁਤ ਤਿਆਰੀ ਕਰਕੇ ਆਏ ਨੇ ਔਰ ਆਪਣੇ ਸੁਰ ਉਹਨਾਂ ਦੇ ਬਹੁਤ ਪੱਕੇ ਹੋਏ ਨੇ, ਬਹੁਤ ਸਾਰੀ ਮੈਲੋਡੀ ਵੇਖਣ ਨੂੰ ਮਿਲੀ ਹੈ ਜਿਹੜੀ ਅੱਛੀ ਮੈਲੋਡੀ, ਜਿਹਨਾਂ ਨੂੰ ਕਈ ਵਾਰ ਮੈਂ ਸਰਚ ਕਰਦਾ ਆ ਕੇ ਕਿ ਹਾਂ ਮੈਨੂੰ ਆਹ ਮੈਲੋਡੀ ਚਾਹੀਦੀ ਹੈ ਜੀ। ਕੀ ਥੈਂਕ ਯੂ ਸੋ ਮਚ ਜੀ। ਪਟਿਆਲਾ ਲਾ ਲੈ ਗੱਲੇ ਨੇ ਪੈਂਟ ਹਾਂ ਲਾ ਲਾ।